ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ 25 ਲੱਖ ਮੁਕਦਮਿਆਂ ਦਾ ਬੈਕਲੌਗ ਪ੍ਰਵਾਸੀਆਂ ਲਈ ਸ਼ਾਇਦ ਵਰਦਾਨ ਸਾਬਤ ਹੋ ਰਿਹਾ ਹੈ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਿਸੇ ਪ੍ਰਵਾਸੀ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ ਵਾਸਤੇ ਔਸਤ ਉਡੀਕ ਸਮਾਂ 4 ਸਾਲ ਤੱਕ ਪਹੁੰਚ ਗਿਆ ਹੈ ਇਸ ਤਰੀਕੇ ਨਾਲ ਪ੍ਰਵਾਸੀ ਸਖਤ ਮਿਹਨਤ ਕਰਕੇ ਆਪਣਾ ਖੱਚਾ ਚਲਾਉਣ ਤੋਂ ਇਲਾਵਾ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਦੇ ਸਮਰੱਥ ਹੋ ਗਏ ਨੇ ਸਾਰਕਿਊਸ ਯੂਨੀਵਰਸਿਟੀ ਨਾਲ ਸੰਬੰਧਿਤ ਟ੍ਰਾਂਜੈਕਸ਼ਨਲ ਰਿਕਾਰਡਸ ਐਕਸੈਸ ਕਲੀਅਰਿੰਗ ਹਾਊਸ ਦੀ ਇੱਕ ਰਿਪੋਰਟ ਦੇ ਮੁਤਾਬਕ ਤਕਰੀਬਨ 650 ਇਮੀਗ੍ਰੇਸ਼ਨ ਜੱਜਾਂ ਸਾਹਮਣੇ 24 ਲੱਖ ਤੋਂ ਵੱਧ ਮੁਕੱਦਮੇ ਬਕਾਇਆ ਨੇ